ਖਾਲਸ ਟੀਵੀ ਦੇਖ ਰਹੇ ਹੋ, ਮੈਂ ਰਾਹੁਲ ਕਾਲਾ। ਅੱਜ ਅਸੀਂ ਸ਼ੰਭੂ ਬਾਰਡਰ ਤੇ ਪਹੁੰਚੇ ਹਾਂ। ਤੀਸਰਾ ਦਿਨ ਹੈ ਕਿਸਾਨਾਂ ਦੇ ਧਰਨੇ ਦਾ, ਅੰਦੋਲਨ ਜਿਹੜਾ ਹੈ ਦਿੱਲੀ ਦੇ ਵਿੱਚ ਲੱਗਣਾ, ਪਰ ਤੀਸਰਾ ਦਿਨ ਹੈ ਸ਼ੰਭੂ ਬਾਰਡਰ ਦੇ ਉੱਪਰ, ਖਨੌਰੀ ਬਾਰਡਰ ਦੇ ਉੱਪਰ ਕਿਸਾਨ ਬੈਠੇ ਹੋਏ ਨੇ, ਕਿਉਂਕਿ ਰੋਕਾਂ ਜਿਹੜੀਆਂ ਹੈ ਉਹ ਇਸ ਤਰੀਕੇ ਦੀਆਂ ਲੱਗੀਆਂ ਹੋਈਆਂ ਕਿ ਕਿਸਾਨ ਜਿਹੜੇ ਹੈ ਉਹ ਬੈਰੀਕੇਡ ਹਾਲੇ ਤੱਕ ਤੋੜਨ ਦੀ ਕੋਸ਼ਿਸ਼ ਨਹੀਂ ਕਰ ਪਾਏ। ਮੈਂ ਇੱਕ ਵਾਰ ਤੁਹਾਨੂੰ ਬੈਕ ਸਾਈਡ 'ਤੇ ਹਰਿਆਣਾ, ਇਹ ਸਾਹਮਣੇ ਜਿਹੜੇ ਕਿਸਾਨ ਅਤੇ ਬੈਕ ਸਾਈਡ ਦੇ ਉੱਪਰ ਜਿਹੜਾ ਹਰਿਆਣਾ ਵਾਲੀ ਸਾਈਡ ਦੇ ਉੱਪਰ ਤੁਹਾਨੂੰ ਮੈਂ ਦਿਖਾਉਂਦਾ ਹੈ, ਜਿਹੜੇ ਇੱਥੇ ਹੈਗੀ ਹੈ ਜਿਹੜੇ CRPF ਅਤੇ ਹਰਿਆਣਾ ਪੁਲਿਸ ਦੀਆਂ ਰੋਕਾਂ ਹੈਗੀਆਂ, ਬੈਰੀਕੇਡ ਹੈਗੀ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿ ਅੱਗੇ ਜਿਹੜਾ ਹੈ ਸਭ ਤੋਂ ਪਹਿਲਾਂ ਤਾਂ ਕੰਡਿਆਲੀ ਤਾਰ ਵਿਛਾਈ ਹੋਈ ਹੈ, ਫਿਰ ਆਹ ਜਿਹੜੇ ਪੂਰੇ ਤਿਆਰ ਹੈ ਕਿ ਕਿਸਾਨ ਜਿਹੜੇ ਆ ਜੇਕਰ ਅੱਗੇ ਆਉਂਦੇ ਆ, ਕੋਈ ਅਜਿਹੀ ਸਥਿਤੀ ਬਣਦੀ ਹੈ ਤਾਂ ਅਸੀਂ ਉਹਨਾਂ ਨੂੰ ਰੋਕ ਸਕੀਏ। ਫਰੰਟ ਲਾਈਨ ਦੇ ਉੱਪਰ ਜਿਹੜੇ ਹੈ ਹਰਿਆਣਾ ਪੁਲਿਸ ਦੇ ਨਾਲ ਨਾਲ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਤੈਨਾਤ ਕੀਤੀਆਂ ਗਈਆਂ, ਅਤੇ ਇਹ ਇੱਕ ਪੁਲ ਹੈ, ਇਸ ਸਾਈਡ ਦਾ ਇੱਕ ਰਾਹ ਹੈ, ਇਹ ਜਿਹੜਾ ਹੈ ਵਾਪਸ ਆਉਂਦਾ ਦਿੱਲੀ ਤੋਂ, ਜਿਸ ਅਤੇ ਇਸ 'ਤੇ ਬਿਲਕੁਲ ਨਾਲ ਜਿਹੜਾ ਹੈ ਉਹ ਇਸ ਸਾਈਡ 'ਤੇ ਮੈਂ ਕੈਮਰਾਮੈਨ ਹਰਵਿੰਦਰ ਨੂੰ ਬੋਲਾਂਗਾ ਕਿ ਥੋੜ੍ਹਾ ਦਿਖਾਉਣ ਦੀ ਕੋਸ਼ਿਸ਼ ਕਰਿਓ। ਜਿਹੜਾ ਇਸ ਸਾਈਡ ਦੇ ਉੱਪਰ ਹੈ, ਇਹ ਸਾਹਮਣੇ ਜਿਹੜਾ ਹੈ ਇਹ ਦਿੱਲੀ ਨੂੰ ਜਾਂਦਾ ਹੈ, ਚੰਡੀਗੜ੍ਹ ਤੋਂ ਦਿੱਲੀ ਨੂੰ ਜਾਂਦਾ। ਤਾਂ ਤੁਸੀਂ ਦੇਖੋ ਕਿ ਪੂਰਾ ਜਿਹੜਾ ਇੱਥੇ ਓਵਰਬ੍ਰਿਜ ਬਣਿਆ ਹੋਇਆ, ਇਹ ਪੂਰਾ ਹਰਿਆਣਾ ਦੇ ਅਤੇ ਨਾਲ ਨਾਲ ਅਰਧ ਸੈਨਿਕ ਬਲਾਂ ਦੇ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਬਲੋਕ ਕੀਤਾ ਹੋਇਆ। ਨੀਚੇ ਇਹਦੇ ਜਿਹੜਾ ਹੈਗਾ ਉਹ ਡੂੰਘੀ ਖੱਡ ਹੈਗੀ ਹੈ, ਅਤੇ ਪਾਣੀ ਜਿਹੜਾ ਭਰਿਆ ਹੋਇਆ ਉਸਦੇ ਵਿੱਚ ਕਾਫੀ ਦਲਦਲ ਵਾਲਾ ਮਾਹੌਲ ਬਣਿਆ ਹੋਇਆ, ਥੱਲਿਓ ਵੀ ਨਹੀਂ ਜਾ ਸਕਦੇ ਕਿਸਾਨ। ਅਤੇ ਬੈਰੀਕੇਡ ਜਿਹੜੇ ਹੈ ਇੱਕ ਇੱਕ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਲੇਅਰ ਇੱਕ ਲੇਅਰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਪਿੱਛੋਂ ਥੋੜ੍ਹਾ ਦਿਖਾਉਂਦਾ ਹਾਂ ਬੈਕ ਸਾਈਡ ਤੋਂ, ਆਹ ਜਿਹੜਾ ਹੈ ਇੱਥੇ ਬੈਰੀਕੇਟਿੰਗ ਕੀਤੀ ਹੋਈ ਸੀ, ਆਹ ਜਿਹੜੀਆਂ ਸਿੱਲੀਆਂ ਰੱਖੀਆਂ ਹੋਈਆਂ ਸੀ ਸੀਮਟ ਦੀਆਂ, ਆਹ ਜਿਹੜੀਆਂ ਹੈ ਇਹ ਖਸਕਾ ਦਿੱਤੀਆਂ ਗਈਆਂ। ਅੱਗੇ ਜਾਣ ਦੀ ਕੋਸ਼ਿਸ਼ ਹੋਈ ਹੈ, ਪਰ ਅੱਗਿਓਂ ਜਿਹੜੀ ਬੈਰੀਕੇਟਿੰਗ ਹੈ ਉਹ ਕਾਫੀ ਮਜ਼ਬੂਤ ਹੈ, ਅਤੇ ਕਿਸਾਨ ਜ਼ਿਆਦਾ ਦੇਰ ਤਾਂ ਨਹੀਂ ਟਿਕ ਪਾ ਰਹੇ ਕਿਉਂਕਿ ਅਥਰੂ ਗੈਸ ਦੇ ਗੋਲੇ ਜਿਹੜੇ ਸੀ ਉਹ ਲਗਾਤਾਰ ਦਾਗੇ ਜਾ ਰਹੇ ਨੇ। ਔਰ ਅੱਜ ਜੋ ਤੀਸਰਾ ਦਿਨ ਹੈ, ਅੱਜ ਸ਼ੰਭੂ ਬਾਰਡਰ ਦੀ ਪਰਿਸਥਿਤੀ ਇਹ ਹੈ ਕਿ ਹਾਲੇ ਤੱਕ ਕੋਈ ਵੀ ਸ਼ੈਲਿੰਗ ਨਹੀਂ ਹੋਈ, ਨਾ ਰਬੜ ਬੁਲੇਟ ਦੀ ਅਤੇ ਨਾ ਹੀ ਅਥਰੂ ਗੈਸ ਦੇ ਗੋਲਿਆਂ ਦੀ, ਕਿਉਂਕਿ ਕਿਸਾਨ ਜਿਹੜੇ ਹੈ ਲਗਭਗ ਬੈਕਫੁੱਟ ਦੇ ਉੱਪਰ ਹੈਗੇ ਹੈ, ਅੱਗੇ ਤੱਕ ਕੋਈ ਨਹੀਂ ਪਹੁੰਚਿਆ। ਕਿਸਾਨਾਂ ਦੀ ਅੱਜ ਮੀਟਿੰਗ ਵੀ ਹੈਗੀ ਹੈ, ਇਸ ਤੋਂ ਪਹਿਲਾਂ ਅੱਜ ਕਾਨਫਰੰਸ ਵੀ ਕੀਤੀ ਹੈ ਸਰਵਣ ਸਿੰਘ ਭੰਦੇਰ ਕਿਸਾਨ ਜਥੇਬੰਦੀਆਂ ਵੱਲੋਂ। ਇਹ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਹੈ ਸ਼ਾਂਤਮਈ ਹਾਂ, ਅਤੇ ਅਸੀਂ ਗੱਲਬਾਤ ਲਈ ਤਾਂ ਆਵਾਂਗੇ, ਪਹਿਲਾਂ ਸ਼ੈਲਿੰਗ ਜਿਹੜੀ ਹੈ ਉਹ ਬੰਦ ਕੀਤੀ ਜਾਏ। ਸ਼ੈਲਿੰਗ ਬੰਦ ਹੋ ਗਈ ਹੈ, ਅਤੇ ਹੁਣ ਇੱਥੋਂ ਤੁਹਾਨੂੰ ਮੈਂ ਇੱਕ ਹੋਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ, ਉਹ ਕਿਸਾਨ ਜਿਹੜੇ ਆਪ ਮੁਹਾਰੇ ਜਿਹੜੇ ਹੈ ਉਹ ਬੈਰੀਕੇਟ ਕਰ ਰਹੇ ਨੇ, ਆਪ ਰੋਕ ਲਗਾ ਰਹੇ ਨੇ ਵੀ ਕੋਈ ਅੱਗੇ ਨਾ ਆਏ। ਤਾਂ ਇਸ ਕਰਕੇ ਡੰਡਿਆਂ ਦੇ ਨਾਲ ਇੱਕ ਉਹਨਾਂ ਨੇ ਸਰਹੱਦ ਜੀ ਬਣਾ ਦਿੱਤੀ ਹੈ ਕਿ ਅਸੀਂ ਜ਼ਾਬਤੇ 'ਚ ਰਹਿਣਾ ਹੈ, ਇਸ ਤੋਂ ਅੱਗੇ ਨਹੀਂ ਜਾਣਾ। ਜੇਕਰ ਕੋਈ ਹੁਲੜਬਾਜ਼ੀ ਕਰਦਾ ਤਾਂ ਉਸਨੂੰ ਰੋਕਿਆ ਜਾਵੇ, ਕਿਉਂਕਿ ਜੇਕਰ ਕੋਈ ਇੱਥੋਂ ਕਿਸਾਨ ਪ੍ਰਦਰਸ਼ਨਕਾਰੀ ਕੋਈ ਵੀ ਅੱਗੇ ਜਾਂਦਾ ਹੈ ਤਾਂ ਫਿਰ ਹਰਿਆਣਾ ਪੁਲਿਸ ਵੱਲੋਂ ਜਿਹੜੀ ਹੈ ਉਹ ਸ਼ੈਲਿੰਗ ਹੋਏਗੀ, ਅਥਰੂ ਗੈਸ ਦੇ ਗੋਲੇ ਦਾਗੇ ਜਾਣਗੇ। ਤਾਂ ਇਹ ਅੱਜ ਦੀ ਸਥਿਤੀ ਹੈ। ਤੀਸਰਾ ਦਿਨ ਦੇ ਵਿੱਚ ਮੋਰਚਾ ਪਹੁੰਚ ਗਿਆ ਹੈ ਦਿੱਲੀ ਜਾਣ ਦੇ ਲਈ, ਆਪਣੀਆਂ ਮੰਗਾਂ ਮਨਵਾਉਣ ਦੇ ਲਈ ਕਿਸਾਨ ਇੱਥੇ ਡਟੇ ਹੋਏ ਨੇ। ਪਰ ਫਿਲਹਾਲ ਅੱਜ ਦਾ ਦਿਨ ਜਿਹੜਾ ਹੈ ਕਾਫੀ ਸ਼ਾਂਤ ਹੈ, ਇੱਥੇ ਸ਼ੰਭੂ ਬਾਰਡਰ ਦੇ ਉੱਪਰ ਬਿਲਕੁਲ ਸ਼ਾਂਤੀ ਹੈ। ਨਾ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਹੈ, ਅਤੇ ਨਾ ਹੀ ਕਿਸਾਨਾਂ ਵੱਲੋਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੱਲਬਾਤ ਹੋਏਗੀ, 5 ਵਜੇ ਮੀਟਿੰਗ ਹੈ, ਮੀਟਿੰਗ ਦੇ ਵਿੱਚ ਕੀ ਨਿਕਲਦਾ ਏਜੰਡਾ ਕਿਸਾਨਾਂ ਦਾ ਉਹੀ ਹੈ, ਕੇਂਦਰ ਸਰਕਾਰ ਮੰਨਦੀ ਹੈ। ਮੇਨ ਮੁੱਦਾ ਜਿਹੜਾ ਹੈਗਾ, ਤੁਹਾਨੂੰ ਵੀ ਪਤਾ ਹੈ ਕਿ MSP ਦੇ ਉੱਪਰ ਜੋ ਖਰੀਦ ਹੁੰਦੀ ਹੈ ਫਸਲ ਦੀ, ਉਸਦੇ ਉੱਪਰ ਇੱਕ ਕਾਨੂੰਨ ਬਣਾ ਦਿਓ ਕਿ ਜੇਕਰ ਕੋਈ MSP ਤੋਂ ਘੱਟ ਖਰੀਦ ਕਰ ਰਹੀ ਹੈ ਏਜੰਸੀ ਕੋਈ ਵੀ ਜਾਂ ਫਿਰ ਕੋਈ ਪ੍ਰਾਈਵੇਟ ਸੈਲਰ ਵਾਲੇ, ਉਸਨੂੰ ਘੱਟ ਜਿਹੜਾ ਹੈ MSP ਤੋਂ ਰੇਟ 'ਤੇ ਦੇ ਰਿਹਾ, ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇ। ਬਸ ਇਸ ਕਿਸਾਨ ਜਿਹੜੀ ਇਹ ਮੰਗ ਕਰ ਰਹੇ ਨੇ। ਤਾਂ ਮੌਕੇ 'ਤੇ ਅਸੀਂ ਮੌਜੂਦ ਹਾਂ ਸ਼ੰਭੂ ਬਾਰਡਰ 'ਤੇ, ਇੱਕ ਵਾਰ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਹਾਂ। ਤਮਾਮ ਦੂਰ ਤੱਕ ਮੈਂ ਕੈਮਰਾ
ਹਰਵਿੰਦਰ ਨੂੰ ਬੋਲਾਂਗਾ ਕਿ ਥੋੜ੍ਹਾ ਜ਼ੂਮ ਕਰਕੇ ਦਿਖਾਓ ਕਿ ਲਾਸਟ ਤੱਕ ਟਰਾਲੀਆਂ ਜਿਹੜੀਆਂ ਹੈਗੀਆਂ ਉਹ ਜੇਕਰ ਦਿਖਾ ਪਾਉਂਦੇ ਆ ਤਾਂ। ਹਾਂ ਬਿਲਕੁਲ ਬਿਲਕੁਲ ਲਾਸਟ ਤੱਕ ਤੁਸੀਂ ਦੇਖੋ ਵੀ ਟਰਾਲੀਆਂ ਜਿਹੜੀਆਂ ਹੈਗੀਆਂ ਹੈ ਉਹ ਕਿਸਾਨਾਂ ਦੀਆਂ। ਇਸੇ ਹੀ ਤਰ੍ਹਾਂ ਸ਼ੰਭੂ ਬਾਰਡਰ 'ਤੇ ਪੰਜਾਬ ਵਾਲੀ ਸਰਹੱਦ ਦੇ ਉੱਪਰ ਤੈਨਾਤ ਹੈ, ਲੰਬੀਆਂ ਲੰਬੀਆਂ ਕਤਾਰਾਂ ਹੈ, ਲੰਬੀਆਂ ਟਰਾਲੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹੈ। ਔਰ ਇਸੇ ਹੀ ਤਰ੍ਹਾਂ ਦੂਸਰੀ ਸਾਈਡ ਦੇ ਉੱਪਰ ਇੱਕ ਸਾਈਡ ਆਉਣ ਦੀ ਹੈ, ਇੱਕ ਸਾਈਡ ਜਾਣ ਦੀ ਹੈ, ਔਰ ਦੂਸਰੀ ਸਾਈਡ ਦੇ ਉੱਪਰ ਵੀ ਅਜਿਹੀ ਸਥਿਤੀ ਬਣੀ ਹੋਈ ਹੈ। ਔਰ ਇਹ ਜਿਹੜਾ ਹੈ ਸ਼ੰਭੂ ਬਾਰਡਰ ਹੈ, ਸ਼ੰਭੂ ਬਾਰਡਰ ਦੀ ਸਥਿਤੀ ਹੈ ਅੱਜ ਦੀ, ਇਹ ਸਥਿਤੀ ਹੈ ਕਿ ਬਿਲਕੁਲ ਸ਼ਾਂਤਮਈ ਹੈ। ਨਾ ਤਾਂ ਕਿਸਾਨਾਂ ਵੱਲੋਂ ਕੋਈ ਰੋਕ ਹੈ, ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ, ਅਤੇ ਨਾ ਹੀ ਹਾਲੇ ਤੱਕ ਸ਼ੈਲਿੰਗ ਕਿਸੇ ਤਰ੍ਹਾਂ ਦੀ ਵੀ ਹੋਈ ਹੈ। ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਧਰਨਾ ਹੈ, ਅਤੇ ਇੱਕ ਬਾਪੂ ਗੁਰਦਾਸਪੁਰ ਤੋਂ ਆਏ ਹੈ, ਸਰਹੱਦੀ ਪਿੰਡ ਹੈ ਇਹਨਾਂ ਦਾ, ਅਤੇ ਆਲੀ ਨੰਗਲ ਹੈ ਬਾਪੂ, ਕੀ ਨਾਮ ਕੀ ਤੁਹਾਡਾ? ਨਰਿੰਦਰ ਸਿੰਘ, ਪਿੰਡ ਆਲੀ ਨੰਗਲ, ਜ਼ਿਲ੍ਹਾ ਗੁਰਦਾਸਪੁਰ, ਕਿਸਾਨ ਮਜ਼ਦੂਰ ਸੰਗਠਨ ਕਮੇਟੀ ਪੰਜਾਬ, ਜੂਨ 3 ਸਤੰਤਰ। ਸਰਵਣ ਸਿੰਘ ਪੰਧੇਰ ਹੁਣਾਂ ਦੇ ਜਥੇਬੰਦੀ ਨੂੰ ਅੱਜ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਕਰ ਰਹੇ, ਸਾਰੇ ਦੇਸ਼ ਦੇ ਵਿੱਚ ਸਾਰੇ ਦੇਸ਼ ਦੀ ਅਗਵਾਈ ਕਰਨੇ ਨੂੰ। ਗੱਲ ਕੀ ਬਾਪੂ, ਇੱਥੇ ਬਹਿ ਗਏ ਤੁਸੀਂ? ਅਸੀਂ ਇੱਥੇ ਬੈਠੇ ਆ ਜੀ, ਕੋਈ ਸਰਕਾਰ ਅੱਗੇ ਖੱਟਰ ਸਰਕਾਰ ਆ ਜੀ, ਹਰਿਆਣੇ ਦੀ ਸਰਕਾਰ ਆ, ਨਿਕੰਮੀ ਸਰਕਾਰ ਆ, ਜਿਹੜੇ ਡੈਲੀਗੇਟ ਲਾਉਣ ਦੇ ਜੇ, ਇਹ ਪਾਕਿਸਤਾਨ ਦਾ ਬਾਰਡਰ ਥੋੜ੍ਹਾ, ਜਿਹਦੇ ਆਹ ਕੰਮ ਕਰਨੀ ਸਰਕਾਰਾਂ ਨੂੰ, ਹੈਵੀ ਵੇਟ ਲੋਕਾਂ ਦੇ ਟੈਕਸਾਂ ਨਾਲ ਬਣੇ ਨੇ ਹੈਵੀ ਰੋਡ, ਜਿਹੜੇ ਜਿੰਨੇ ਵੀ ਚੱਲਦੇ ਨੇ ਗੱਡੀਆਂ, ਕਿੰਨੇ ਲੋਕ ਤੰਗ ਹੁੰਦੇ ਨੇ, ਬੱਸਾਂ ਟਰੱਕ ਜੋ ਕਾਰਾਂ ਚੱਲਣੀਆਂ, ਇੰਨੀ ਦੁਨੀਆ ਦੁਖੀ ਆ ਜਿਹਦਾ ਕੋਈ ਹਿਸਾਬ ਕਿਤਾਬ ਵੀ ਨਹੀਂ। ਪਰ ਇਹ ਆਪਣੀ ਸਰਕਾਰ, ਆਪਣੀ ਮੋਦੀ ਸਰਕਾਰ ਨਾਲ ਰਲ ਕੇ ਤਾਂ ਰਸਤਾ ਬੰਦ ਕੀਤਾ ਹੈ, ਇਹਦੇ ਵਾਸਤੇ ਕਾਨੂੰਨ ਕੋਈ ਨਹੀਂ ਗਾ, ਇਹ ਕਾਨੂੰਨ ਹਰ ਬੰਦੇ ਵਾਸਤੇ ਲਾਗੂ ਆ, ਜਿਹੜਾ ਸੈਂਟਰ ਦਾ ਜਨਤਾ ਦਾ ਨੁਕਸਾਨ ਕਰਨ ਦਿਆ, ਦੁਨੀਆ ਧੱਕੇ ਖਾਣੀਆਂ, ਬਾ ਕੋਈ ਪੰਜਾਬ ਹਰਿਆਣਾ ਹਿਮਾਚਲ ਤੱਕ ਰਸਤਾ ਬੰਦ ਕੀਤਾ ਹੈ। ਹੁਣ ਕੀ ਫਿਰ ਅੱਗੇ ਕੀ ਸੋਚਿਆ? ਹੁਣ ਸਾਡੀ ਰਾਜਨੀਤੀ ਚੱਲਣ ਦੀ ਹੈ, ਸ਼ਾਮ ਨੂੰ 5 ਮੀਟਿੰਗ ਆ ਅਤੇ ਆਪਣਾ ਚੰਡੀਗੜ੍ਹ 5 ਦਾ ਟਾਈਮ, ਜਨਰਲ ਸਕੱਤਰ ਆਪਣਾ ਸੂਬਾ ਸੂਬਾ ਸਰਵਣ ਸਿੰਘ ਪੰਧੇਰ ਇਹ ਜਾਏਗਾ ਆਪਣੀ ਮੀਟਿੰਗ ਦੇ ਵਿੱਚ, ਅਤੇ ਜੋ ਮੀਟਿੰਗ ਦੇ ਵਿੱਚ ਗੱਲ ਹੋਰ ਮੰਤਰੀ ਜਾਣਗੇ ਆਪਣੇ ਸਾਡੇ ਸੂਬਾ ਕਮੇਟੀ ਦੇ ਮੈਂਬਰ, ਉਹ ਜਾਣਗੇ, ਗੱਲਬਾਤ ਕਰਨਗੇ, 2 ਲੱਗਣ, 3 ਲੱਗਣ, ਜੋ ਉਹਦਾ ਨਿਚੋੜ ਨਿਕਲੇਗਾ ਉਹ ਆਣ ਕੇ ਸਾਨੂੰ ਦੱਸਣਗੇ, ਅਤੇ ਫਿਰ ਸੂਬਾ ਜਿੰਨੀ ਆਪਣੀ ਦੇਸ਼ ਦੇ ਵਿੱਚ ਜਿੰਨੀਆਂ ਕਮੇਟੀਆਂ ਨੇ ਪੂਰੀ ਪਾਸ ਹੋਏਗੀ, ਸਾਰੇ ਦੇਸ਼ ਦਾ ਹੁਕਮ ਸਾਰੇ ਜਾਰੀ ਕਰਨਗੇ ਜੋ ਆਰਡਰ। ਤੁਸੀਂ ਚੱਲੇ ਕਦੋਂ ਸੀ ਫਿਰ ਇੱਥੇ? ਅਸੀਂ ਚੱਲੇ ਜੀ 11 ਨੂੰ, 11 ਨੂੰ ਅਸੀਂ ਰਾਤ ਇੱਥੇ ਮੇਰੇ, 12 ਨੂੰ ਰਹੇ ਹਾਂ ਉੱਥੇ ਜਾ ਕੇ ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਤੋਂ ਫਿਰ ਚੱਲੇ ਹਾਂ ਅਤੇ ਅਸੀਂ ਇੱਥੇ ਪਹੁੰਚੇ ਹਾਂ ਸ਼ੰਭੂ ਬਾਰਡਰ 'ਤੇ, 13 ਨੂੰ ਸਿਰੇ ਆ ਗਏ ਅਸੀਂ। ਇਸ ਕਰਕੇ ਅਸੀਂ ਸੈਂਟਰ ਸਰਕਾਰ ਦੇ ਅਜੇ ਵੀ ਅਪੀਲ ਕਰ ਰਹੇ ਹਾਂ ਵੀ ਆਪਣੀਆਂ ਮੰਗਾਂ ਮੰਨ ਲਓ, MMSC ਦੇ ਦਿਓ, MMSC ਤਾਂ 23 ਫਸਲਾਂ ਦੀ ਸਰਕਾਰੀ ਖਰੀਦ, ਬਿਜਲੀ ਬੋਰਡ ਜਿਹੜਾ ਹੈਗਾ ਵਾ ਇਹਨੂੰ ਵਾਪਸ ਕਰੋ, ਕੈਂਸਲ ਕਰੋ, ਜੇ ਸਟੇਟਾਂ ਦੇ ਅੰਡਰ ਰਹਿਣ ਦਿਓ, ਇਹ ਸਟੇਟਾਂ ਆਪਣੀ ਜਿੰਨੀਆਂ ਦੀ ਕਾਰਵਾਈ ਅੰਡਰ ਕਮਾਂਡ ਕਰਨ, ਅਤੇ ਇਸ ਕਰਕੇ ਬਾਪੀ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਲਾਗੂ ਕਰੋ। ਬਾਪੂ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ? ਪਰਿਵਾਰ ਦੇ ਲੜਕੇ ਨੇ ਮੇਰੇ 3, ਅਤੇ ਇੱਕ ਘਰ ਦੀ ਆ, ਘਰ ਦੀ ਇਕੱਲੀ ਆ, ਇਸ ਟਾਈਮ ਤੋਂ ਛੱਡ ਕੇ ਮੈਂ ਆਇਆ, ਅਤੇ ਇਸ ਕਰਕੇ ਉਹ ਵੀ ਆਉਂਦੀ ਆ, ਲੜਕੇ ਵੀ ਆਉਂਦੇ ਨੇ ਮੇਰੇ ਵੀ ਆਪਣਾ ਜਿੱਤ ਕੇ ਆਉਣਾ ਤੁਹਾਂ, ਜਿਹੜੀ ਘਰੋਂ ਪੂਰੀ ਸਪੋਰਟ ਮਿਲੀ ਹੈ, ਫਿਰ ਪੂਰੀ ਸਪੋਰਟ ਉਹਨਾਂ ਕਿਹਾ ਵੀ ਤਗੜੇ ਹੋ ਕੇ ਲੜਨਾ। ਬੁੱਢੀ ਵੀ ਜਿਹੜੀ ਮੇਰੀ ਘਰ ਦੀ ਆ, ਇਹ ਵੀ 70 ਦੀ ਆ, ਉਹ ਵੀ ਇਕੱਲੀ ਆ, ਇਸ ਟਾਈਮ 'ਤੇ ਘਰ ਰਹਿਣ ਡਈ ਆ, ਉਹਦੇ ਵੱਲੋਂ ਪੂਰੀ ਹਮਾਇਤ ਮਿਲ ਰਹੀ ਆ। ਇੱਥੇ ਫਿਰ ਕੌਣ ਕੌਣ ਆਇਆ? ਇੱਥੇ ਸਾਡੀ ਪਿੰਡ ਵਾਈ ਟਰਾਲੀ ਆਈ ਆਲੀ ਨਗਰ ਤੋਂ, ਆਲੀ ਨਗਰ ਹਰ ਪਿੰਡ ਦੀ ਟਰਾਲੀ ਆਈ, ਜਿੰਨਾ 18-19 ਪਿੰਡ ਨੇ ਸਾਡੇ ਜੂਨ ਦੇ ਵਿੱਚ, ਅਤੇ ਹਰ ਪਿੰਡਾਂ 'ਚ 18-19 ਟਰਾਲੀਆਂ ਆਈਆਂ ਨੇ। ਫਿਰ ਖੇਤੀ ਕੌਣ ਦੇਖ ਰਿਹਾ? ਖੇਤੀ ਕੰਮ ਕਰ ਰਿਹਾ, ਖਾਦਾਂ ਪੈ ਗਈਆਂ, ਦਵਾਈਆਂ ਪੈ ਗਈਆਂ, ਪਾਣੀ ਦੇ ਤੇ ਜਦੋਂ ਜਾਣਾ ਉਦੋਂ ਮੁੜ ਕੇ ਚੱਲ ਜਾਣਾ ਹਾਂ, ਤਾਂ ਬੰਦਾ ਡਾ ਕੇ ਫੋਨ ਕਰਕੇ ਇੱਥੋਂ ਸਾਰੀ ਕਾਰਵਾਈ ਕਰੀ, ਪਾਣੀ ਧਾਨੀ ਲੋੜ ਪਈ ਤਾਂ ਮੁੜ ਕੇ ਦੇਵਾਂਗੇ, ਤਾਂ ਉਹ ਦੇ ਦੇਗਾ, ਜੇ ਕਿਸੇ ਚੀਜ਼ ਦੀ ਕਮੀ ਪੇਸ਼ੀ ਆਈ ਤਾਂ ਦੇਗਾ। ਅਤੇ ਇਸ ਕਰਕੇ ਬੇਨਤੀ ਕੀਤੀਆਂ ਸੈਂਟਰ ਸਰਕਾਰ ਦੇ ਗਾੜੀ ਵੀ ਅਜੇ ਵੀ ਮੌਕਾ ਵਾ, ਕਾਨੂੰਨ ਵਾਪਸ ਲੈ ਲੈਣ, ਜਿਹੜੇ ਲੈ ਕੇ ਤਾਂ
ਜਨਤਾ ਨੂੰ ਘਰਾਂ ਨੂੰ ਤੋਰਨ, ਘਰੇ ਲੋਕ ਆਪਣੇ ਬੱਚਿਆਂ ਵੱਲ ਵੇਖਣ, ਆਪਣੇ ਕਾਰੋਬਾਰ ਕਰਨ, ਇਸ ਕਰਕੇ ਅਪੀਲ ਕਰਦੇ। ਸਵਾਮੀਨਾਥਨ ਦੀ ਰੋਡ ਪੱਕੀ ਲੋੜ ਆ ਸਾਨੂੰ, ਜਨਤਾ ਦੇ ਕਹਾ ਕਰਜ਼ੇ ਮਾਫ਼ ਕਰੋ, ਜਿਹੜੇ ਸਾਰੇ ਦੇਸ਼ ਦੇ ਜਿੰਨੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ, ਇਹਨੂੰ ਸਾਰੇ ਰਲੀਫ ਫਿਰ ਕਰਜ਼ਾ ਕਿਉਂ ਨਹੀਂ ਮਾਫ਼ ਕਰ ਰਹੇ? ਬਾਕੀ ਕਾਰਪੋਰੇਟ ਦਾ ਜਿਹੜਾ ਲਗਭਗ ਦੇਖਦੇ ਆਪਾਂ ਖ਼ਬਰਾਂ 'ਚ ਵੀ ਹੋ ਜਾਂਦਾ ਮਾਫ਼, ਨਹੀਂ ਮਾਫ਼ ਕਰਦੇ। ਨਾ ਦਾਨੀ ਬਾਣੀ ਦਾ ਕਰਜ਼ਾ ਕੀਤਾ, ਅਰਬਾਂ ਖਰਬਾਂ ਦਾ ਕੀਤਾ, ਨੀਰਵ ਮੋਦੀ ਇੰਗਲੈਂਡ ਬੈਠਾ, ਆਪਣਾ ਜਰਮਨ ਬੈਠਾ ਆ, ਉਹਦਾ ਮਾਫ਼ ਕੀਤਾ, ਵਿਜੇ ਮਾਲੀਏ ਹੁਣ ਬੈਠੇ ਨੇ ਅਰਬਾਂ ਖਰਬਾਂ ਦੇ ਕਰਜ਼ੇ, ਉਹਨਾਂ ਸਾਰਿਆਂ ਨੂੰ ਮਾਫ਼ ਕਰਤੇ ਨੇ। ਕੋਈ ਇਹ ਜਿਹੜਾ ਅਨਭਰਨ ਦਾਤਾ ਵਾ, ਇਹ ਸਾਰੇ ਦੇਸ਼ ਦਾ ਆਪਣੇ ਦੁਨੀਆਂ ਦਾ ਭਰਨ ਦਿਆ, ਢਿੱਡ ਭਰਨ ਦਿਆ, ਇਹ ਉਹਦਾ ਮਾਫ਼ ਨਹੀਂ ਕਰਦਾ ਕਿ ਇਹ ਕਿੱਦਾਂ ਦਾ ਕਾਨੂੰਨ ਆ, ਕਿਹੜਾ ਕਾਨੂੰਨ ਆ? ਬਾਪੂ ਪੂਰੀ ਨੌਲੇਜ ਰੱਖਦਾ ਬਾਪੂ, ਖਬਰਾਂ ਵੀ ਦੇਖਦੇ ਹੁੰਦੇ? ਖਬਰਦਾਰ ਨੂੰ 9 ਤੋਂ 10 ਸੁਣਨੀ, ਉਸ ਦਿਨ ਵੀ ਸੁਣੀ ਤਾਂ 9 ਤੋਂ 10 ਇੱਕ ਘੰਟਾ ਹੁੰਦੀ ਆ, ਵੋਟਾਂ ਵੀ ਆ ਗਈਆਂ, ਤੇ ਵੋਟਾਂ ਨਾਲ ਸਾਨੂੰ ਕੋਈ ਮਤਲਬ ਨਹੀਂ, ਵੋਟ ਵੀ ਅਸੀਂ ਜਿੱਤਾਂ ਜਿੱਤਾਂ ਚੱਲੇਗਾ ਚਲਾਵਾਂਗੇ, ਪਰ ਸਾਡਾ ਆਪਣੀ ਯੂਨੀਅਨ ਦੇ ਮੁਤਾਬਕ ਕੰਮ ਕਰਨਾ, ਸਾਨੂੰ ਰਾਜਨੀਤਿਕ ਬੰਦੇ ਲਾਗੇ ਅਸੀਂ ਜਾਂਦੇ, ਨਾ ਰਾਜਨੀਤਿਕ ਬੰਦਾ ਸਾਡੇ ਲਾਗੇ ਆਉਂਦਾ ਹੀ ਆ, ਕੋਈ MLA ਕੋਈ ਪਾਰਟੀ ਦਾ ਬੰਦਾ ਸਾਡੇ ਲਾਗੇ ਨਹੀਂ ਆ ਸਕਦਾ, ਨਾ ਆਏਗਾ ਤੇ ਨਾ ਅਸੀਂ ਗੱਡੀ 'ਚ ਲਾਗੇ ਜਾਣਾ ਵਾ। ਸਾਡਾ ਕਾਨੂੰਨ ਹੀ ਇਹੋ ਜਿਹੇ ਪੱਕੇ ਨੇ, ਸਰਕਾਰੀ ਕਾਨੂੰਨ ਨੇ, ਸੂਬਾ ਕਮੇਟੀ ਦਾ ਲੋ ਆਰਡਰ ਆ, ਪ੍ਰਧਾਨ ਸਾਡਾ ਹੈਗਾ ਸੁਖਵਿੰਦਰ ਸਿੰਘ ਸਭਰਾ ਪੰਜਾਬ ਦਾ, ਜਨਰਲ ਸਕੱਤਰ ਹੈਗਾ ਸੂਬਾ ਸਕੱਤਰ ਸਰਵਨ ਸਿੰਘ ਭੰਦੇ ਦੇ ਅਗਵਾਈ ਕਰਨ ਦਿਆ, ਜਿਹੜਾ ਸਾਰੇ ਦੇਸ਼ ਨੂੰ, ਸਾਰੇ ਦੇਸ਼ ਤੋਂ ਘੁੰਮ ਗਿਆ, ਸਾਰੀਆਂ ਸਟੇਟਾਂ 'ਚ ਹੋ ਗਿਆ, ਐਂ ਟੀਮਾਂ ਬਣਾ ਗਿਆ, ਸਾਰੀ ਟੀਮਾਂ ਆਉਣ ਡੀਆਂ ਨੇ। ਕੇਰਲਾ ਦਾ ਇੱਕ ਪ੍ਰਧਾਨ ਸੀ, ਉਹਦੀ ਘਰ ਦੀ ਨੂੰ ਰਸ਼ ਕਰ ਲਿਆ ਪੁਲਿਸ ਨੇ ਉੱਧਰ, ਉਹ ਵੀ ਖਬਰ ਇੱਥੇ ਪਹੁੰਚ ਗਈ, ਭੰਦੇ ਦੇ ਕੋਲ ਪਹੁੰਚ ਗਈ। ਇਸ ਕਰਕੇ ਬੇਨਤੀ ਕਰਨੀ ਆ ਵੀ ਛੇਤੀ ਤੋਂ ਛੇਤੀ ਜਨਤਾ ਨੂੰ ਘਰ ਨੂੰ ਤੋਰੋ, ਜਾਣ ਨੂੰ ਤਿਆਰ, ਅਸੀਂ ਕੋਈ ਜਿੱਦਬਾਜ਼ੀ ਨਹੀਂ ਆਈ। ਜਥੇਬੰਦੀਆਂ ਦੇ ਇਹੀ ਹੈ ਵੀ ਆਪਣੇ ਲੀਡਰ 'ਤੇ ਮਾਣ ਹੁੰਦਾ ਹੈ। ਬਾਪੂ ਗੁਰਦਾਸਪੁਰ ਤੋਂ ਆਏ ਆ, ਹੋਰ ਸਾਥੀ ਵੀ ਆਏ ਆ, ਬੇਨਤੀ ਕਰ ਰਹੇ ਸਾਨੂੰ ਵੀ ਪਿੱਛੇ ਚੱਲਦੇ ਆਪਾਂ। ਸ਼ੰਭੂ ਬਾਰਡਰ ਦੀਆਂ ਸਰਹੱਦਾਂ ਦੇ ਉੱਪਰ ਬੈਠੇ ਹੋਏ ਕਿਸਾਨਾਂ ਨੂੰ ਅੱਜ ਤੀਸਰਾ ਦਿਨ ਚੜ੍ਹ ਚੁੱਕਿਆ ਹੈ, ਤੀਸਰਾ ਦਿਨ ਵੀ ਲਗਭਗ ਦੁਪਹਿਰ ਤੋਂ ਉੱਪਰ ਦਾ ਹੋ ਚੁੱਕਿਆ ਹੈ, ਅਤੇ ਚਾਲੇ ਜਿਹੜੇ ਹੈਗੇ ਆ ਅੱਗੇ ਦਿੱਲੀ ਨੂੰ ਪਾਣੇ ਆ ਜਾਂ ਨਹੀਂ ਪਾਣੇ, ਅੱਜ ਦੀ ਮੀਟਿੰਗ ਦੇ ਵਿੱਚ ਤੈਅ ਹੋਵੇਗਾ। ਅੱਜ ਦੀ ਕੇਂਦਰ ਸਰਕਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ, 5 ਵਜੇ ਮੀਟਿੰਗ ਸੱਦੀ ਗਈ ਹੈ, ਔਰ ਕਿਸਾਨਾਂ ਦਾ ਜਿਹੜਾ ਡੈਲੀਗੇਟ ਹੈ 14 ਮੈਂਬਰ ਹੀ ਜਾਵੇਗਾ ਅਤੇ ਜਾ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਕਰੇਗਾ। ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ। ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾਉਂਦੇ ਹਾਂ, ਇੱਥੇ ਕਿਸਾਨ ਸਿੱਧੂਪੁਰ ਏਰੀਆ ਬਾਈ, ਸਿੱਧੂਪੁਰ ਜਥੇਬੰਦੀ ਹੈ। ਹਾਂਜੀ ਬਾਪੂ, ਕੀ ਨਾਮ ਹੈ? ਮੇਰਾ ਨਾਮ ਸਰਦਾਰ ਆਤਮਾ ਸਿੰਘ ਜੀ। ਕਦਾ ਲੰਗਰ ਲਗਾਇਆ ਜੀ? ਅਸੀਂ ਲੱਸੀ ਦਾ ਲੰਗਰ ਲਾਇਆ ਹੋਇਆ। ਹਾਂਜੀ, ਪ੍ਰਸ਼ਾਦੇ ਨਾਲ। ਕਿਹੜੀ ਜਗ੍ਹਾ ਤੋਂ ਆਏ? ਘਨੌਰ ਤੋਂ ਜੀ, ਬਾਬਾ ਅਮਰੀਕ ਸਿੰਘ ਦੀ ਕਾਰ ਸੇਵਾ ਵਾਲੇ। ਤੇ ਘਨੌਰ ਤੋਂ ਆਏ ਆ, ਲੱਸੀ ਦਾ ਲੰਗਰ ਲੱਗਿਆ ਹੋਇਆ। ਹਾਂਜੀ, ਤੇ ਬਾਪੂ ਕਿਵੇਂ ਦੇਖਦੇ ਹੋ ਅੱਗੇ ਜਾਣ ਦਾ? ਅਸੀਂ ਜਾਵਾਂਗੇ ਜੀ ਅੱਗੇ, ਭਾਵੇਂ ਜਦ ਤੱਕ ਸਾਡੀ ਜਾਨ ਦੇ ਵਿੱਚ ਜਾਨ ਰਹੇਗੀ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਸਾਜੇ ਹੋਏ ਆ, ਅਸੀਂ ਪਿੱਛੇ ਨਹੀਂ ਹਟਾਂਗੇ। ਹਾਂਜੀ, ਪੂਰਾ ਆਪਣਾ ਜੋ ਸਾਡਾ ਹੱਕ ਹੈ, ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ। ਬਿਲਕੁਲ, ਇਸੇ ਤਰ੍ਹਾਂ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ, ਲੰਗਰ ਚੱਲੇ ਹੋਏ ਆ, ਇਹ ਲੱਸੀ ਦਾ ਲੱਸੀ ਦਾ ਲੰਗਰ, ਤੇ ਇਸੇ ਤਰ੍ਹਾਂ ਪਿੱਛੇ ਸਾਗ ਦਾ ਲੰਗਰ ਸੀ, ਇੱਧਰ ਪ੍ਰਸ਼ਾਦੇ ਚੱਲੇ ਹੋਏ ਆ, ਇੱਧਰ ਸਬਜ਼ੀ। ਬਾਪੂ ਜੀ ਕੀ ਹਾਲ ਹੈ? ਠੀਕ ਠਾਕ। ਕਿਹੜੀ ਸਬਜ਼ੀ ਬਣਾਈ ਅੱਜ? ਆਲੂ ਗਾਜਰਾਂ। ਸਵੇਰ ਦਾ ਚੱਲ ਰਿਹਾ? ਹਾਂਜੀ। ਕਿਹੜੀ ਜਥੇਬੰਦੀ? ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਹੀਰਾ ਬਾਗ ਵਾਲੇ। ਕਾਰ ਸੇਵਾ ਵਾਲੇ, ਠੀਕ ਹੈ। ਤੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਹਾਂ ਹੋਰ। ਹਾਂ ਬਿਲਕੁਲ, ਲਾਸਟ ਤੱਕ ਚੱਲਦੇ ਹਾਂ, ਕੋਸ਼ਿਸ਼ ਕਰਾਂਗੇ ਤੁਹਾਨੂੰ ਟਰਾਲੀਆਂ ਦਿਖਾਉਣ ਦੀ, ਕਾਫਲੇ ਦਿਖਾਉਣ ਦੀ। ਲੰਗਰ ਜਿਹੜੇ ਹੈਗੇ ਆ ਉਹ ਚੱਲੇ ਹੋਏ ਆ ਸਵੇਰ ਤੋਂ ਹੀ, ਹੁਣ ਦੁਪਹਿਰਾਂ ਦਾ ਸਮਾਂ ਵੀ ਹੋ ਗਿਆ। ਇਸੇ ਤਰ੍ਹਾਂ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਥੇਬੰਦੀਆਂ ਫਤਿਹਗੜ੍ਹ ਸਾਹਿਬ ਤੋਂ ਆਏ ਹੈ, ਕੋਈ ਅਲੱਗ ਅਲੱਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਅਲੱਗ ਅਲੱਗ ਟਰਾਲੀਆਂ ਅਲੱਗ ਅਲੱਗ ਜਥੇਬੰਦੀਆਂ ਦੀਆਂ। ਅਤੇ ਇਸ ਸਾਈਡ ਦੇ ਉੱਪਰ ਇੱਧਰ ਜਿਹੜੇ ਹੈ ਉਹ ਐਂਬੂਲੈਂਸ ਹੈ, ਐਮਰਜੈਂਸੀ ਸੇਵਾਵਾਂ ਦੇ ਲਈ, ਜੇਕਰ ਕੋਈ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਪਹੁੰਚਾਉਣ ਦੇ ਲਈ ਹੋਸਪਿਟਲ,
ਐਂਬੂਲੈਂਸ ਦੀ ਵੀ ਇੱਥੇ ਤਾਦਾਦ ਵਧਾ ਦਿੱਤੀ ਗਈ ਹੈ। ਇਸੇ ਤਰ੍ਹਾਂ ਤੁਸੀਂ ਜਿੱਥੇ ਵੀ ਜਾਓਗੇ ਪ੍ਰਸ਼ਾਦਿਆਂ ਦੇ ਲੰਗਰ, ਚਾਹ ਦੇ ਲੰਗਰ ਜਾਂ ਹੋਰ ਤਰ੍ਹਾਂ ਦੇ ਲੰਗਰ ਜਿਹੜੇ ਆ ਉਹ ਇੱਥੇ ਚੱਲਦੇ ਨੇ। ਚਾਰ ਨਾਲ ਪਰੌਂਠੇ ਹਾਂ, ਇਸੇ ਤਰ੍ਹਾਂ ਦੇਖੋ ਇੱਥੇ ਚਾਰ ਨਾਲ ਪਰੌਂਠੇ ਚੱਲੇ ਹੋਏ ਆ ਅਲੱਗ ਅਲੱਗ। ਤੁਹਾਨੂੰ ਮਾਹੌਲ ਜੋ ਦਿੱਲੀ ਦੇ ਵਿੱਚ ਸਿੰਘੂ ਬਾਰਡਰ 'ਤੇ ਮਿਲਦਾ ਸੀ ਜਾਂ ਟਿੱਕਰੀ ਬਾਰਡਰ 'ਤੇ ਮਿਲਦਾ ਸੀ, ਉਹੀ ਇੱਥੇ ਬਣਿਆ ਹੋਇਆ। ਤਾਂ ਆਹ ਦੇਖੋ ਜਿਵੇਂ ਪਾਣੀ ਦੀਆਂ ਲੋਡ ਗੱਡੀਆਂ ਜਾ ਰਹੀਆਂ ਆ, ਖਾਲਸਾ ਏਡ ਵੱਲੋਂ ਸੇਵਾਵਾਂ ਪਹੁੰਚਾ ਰਹੀਆਂ, ਪਾਣੀ ਦੀ ਸੇਵਾ ਵੀ ਸਮੇਂ ਸਮੇਂ 'ਤੇ ਹੈ। ਇਸੇ ਤਰ੍ਹਾਂ ਅੱਗੇ ਬਿਲਕੁਲ ਲਾਸਟ ਤੱਕ ਨਜ਼ਰ ਮਾਰਾਂਗੇ, ਟਰਾਲੀਆਂ ਦੇ ਵਿੱਚ ਜਿਹੜੇ ਹੈਗੇ ਆ ਉਹ ਪਹੁੰਚੇ ਹੋਏ ਆ। ਠੀਕ ਹੈ ਮੈਮ, ਤਾਂ ਇਸੇ ਤਰ੍ਹਾਂ ਉਹ ਲਾਸਟ ਤੱਕ ਜਿਹੜੀਆਂ ਹੈਗੀਆਂ ਉਹ ਟਰਾਲੀਆਂ ਹੈ, ਉਹ ਲਾਸਟ ਤੱਕ ਟਰਾਲੀਆਂ ਬਿਲਕੁਲ ਕਿਸਾਨਾਂ ਦੀਆਂ ਇਹ ਵੀ ਹੈ। ਤਾਂ ਹੁਣ ਨਜ਼ਰ ਹੈ ਸਿਰਫ ਅੱਜ ਦੀ ਮੀਟਿੰਗ 'ਤੇ, ਅੱਜ ਕਿਸਾਨਾਂ ਦੇ ਨਾਲ ਮੀਟਿੰਗ ਹੋਣੀ ਹੈ, ਤੀਸਰੀ ਮੀਟਿੰਗ ਹੈ, ਤੀਸਰੇ ਦੌਰ ਦੀ ਮੀਟਿੰਗ ਹੈ। ਪਹਿਲੀਆਂ ਦੋ ਜਿਹੜੀਆਂ ਬੇਸੀਟਾਂ ਨਿਕਲ ਗਈਆਂ ਸੀ, ਦੋਵਾਂ ਦੇ ਵਿੱਚ ਸਿਰਫ ਇਹੀ ਸੀ ਮੰਗ ਕਿ MSP ਦੇ ਉੱਪਰ ਗਰੰਟੀ ਦਿਓ, ਖਰੀਦ ਗਰੰਟੀ ਜਿਹੜੀ ਹੈ ਕਾਨੂੰਨ ਬਣਾਓ। ਇਹਨਾਂ ਮੰਗਾਂ ਨੂੰ ਲੈ ਕੇ ਹੀ ਕਿਸਾਨ ਜਿਹੜੇ ਹੈ ਉਹ ਇੱਥੇ ਪਹੁੰਚੇ ਹੋਏ ਹੈ। ਤੀਸਰੀ ਮੀਟਿੰਗ ਹੈ, ਅੱਜ ਸ਼ਾਮ ਨੂੰ ਪਤਾ ਚੱਲੇਗਾ ਵੀ ਕੀ ਅੰਦੋਲਨ ਦੀ ਰੂਪਰੇਖਾ ਤੈਅ ਹੁੰਦੀ ਹੈ। ਆਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੇ ਉੱਪਰ, ਹੁਣ ਜੂਸ ਦਾ ਲੰਗਰ ਵੀ ਆਇਆ, ਰੀਅਲ ਦੇ ਬੋਤਲਾਂ ਆਈਆਂ ਆ, ਜੂਸ ਇੱਥੇ ਪਹੁੰਚਾਇਆ ਜਾ ਰਿਹਾ। ਜਿੱਦਾਂ ਵੱਖ ਵੱਖ ਲੰਗਰ ਤੁਹਾਨੂੰ ਦਿਖਾਇਆ ਉਸਦੇ ਵਿੱਚ ਆਹ ਤੁਸੀਂ ਦੇਖ ਰਹੇ ਹੋ ਕਿ ਰੀਅਲ ਦੇ ਜੂਸ ਵੀ ਲੰਗਰ ਆਏ ਨੇ। ਇੱਕ ਅੱਗੇ ਗੱਡੀ ਭਰੀ ਹੋਈ ਹੈ ਅਤੇ ਇਸੇ ਤਰ੍ਹਾਂ ਇੱਕ ਪਿੱਛੇ ਨੂੰ ਵੀ ਗੱਡੀ ਜਿਹੜੀ ਲੱਗੀ ਹੈ ਇਹਦੇ, ਉਹ ਵੀ ਇੰਨੀ ਭਰੀ ਹੋਈ ਹੈ। ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੰਨੇ ਭੀੜ ਦੇ ਵਿੱਚ, ਤਾਂ ਸ਼ਾਇਦ ਨਾ ਬੋਲ ਪਾਉਣ ਕਿਉਂਕਿ ਰਸ਼ ਜ਼ਿਆਦਾ ਆ। ਅਤੇ ਗੱਲਬਾਤ ਕਰਦੇ ਹਾਂ, ਵਰਤਾਓ ਯਾ ਵਰਤਾਓ, ਇਹ ਵਰਤਾਓ ਵਰਤਾਓ ਵਰਤਾਉਣਾ। ਕਿਹੜੀ ਜਗ੍ਹਾ ਤੋਂ ਆਏ ਹੋ? ਇਹ ਪਿੰਡ ਸਨੌਲੀ ਤੋਂ, ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਰਿੰਦਰ ਸਿੰਘ ਪੀਰ ਮਸਾਲੇ ਵਾਲੇ, ਜੋ ਉਹਨਾਂ ਵੱਲੋਂ ਜੂਸ ਦੀ ਸੇਵਾ ਸੰਗਤਾਂ ਵੱਲ ਕੀਤੀ ਜਾਂਦੀ ਹੈ, ਜੋ ਕਿ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ, ਕਿਸਾਨ ਦੇ ਫਤਿਹ ਵਾਸਤੇ ਇਹ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ, ਸਾਡੇ ਬਜ਼ੁਰਗ, ਸਾਡੀਆਂ ਭੈਣਾਂ, ਸਾਡੇ ਵੀਰ ਆਏ ਆ। ਮਹਾਰਾਜ ਜੀ ਕਿਰਪਾ ਕਰਨ, ਆਪਣੇ ਖਾਲਸਾ ਪੰਥ ਦੀ ਹਰਮਦਾਨ ਫਤਿਹ ਕਰਨ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣ। ਬੋਲੇ ਸੋ ਨਿਹਾਲ। ਲੰਗਰ ਹੈ ਜੂਸ ਦਾ, ਰੀਅਲ ਦੇ ਪੈਕਟ ਆਏ ਆ, ਰੀਅਲ ਦਾ ਜੂਸ ਆਇਆ ਆ। ਔਰ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਕ ਪਿੱਛੇ ਗੱਡੀ ਹੈ ਭਰੀ ਹੋਈ, ਪੇਟੀਆਂ ਦੇ ਨਾਲ ਭਰੀ ਹੋਈ ਹੈ। ਉੱਧਰ ਤੁਹਾਨੂੰ ਦਿਖਾਉਂਦੇ ਹਾਂ ਇੱਕ ਵਾਰ ਤਸਵੀਰਾਂ, ਆਜੋ। ਇਸੇ ਤਰ੍ਹਾਂ ਇੱਕ ਆਹ ਗੱਡੀ ਸੀ ਭਰੀ ਹੋਈ ਹੈ ਅਤੇ ਇੱਕ ਆਹ ਗੱਡੀ ਜਿਹੜੀ ਹੈ ਭਰੀ ਹੋਈ ਹੈ। ਇਹ ਸਾਰੇ ਜੂਸ ਦੇ ਪੈਕਟ ਹੈ। ਰੀਅਲ ਦਾ ਬਈ, ਰੀਅਲ ਦੇ ਹੈ। ਹਾਂ, ਕਿਹੜੀ ਜਗ੍ਹਾ ਤੋਂ ਆਏ ਹੋ? ਅੱਛਾ, ਜੀਰਪੁਰ ਤੋਂ ਸਪਲਾਈ ਆਈ ਹੈ। ਆਹ ਦੇਖੋ ਪੇਟੀਆਂ ਭਰੀਆਂ ਹੋਈਆਂ, ਰੀਅਲ ਦੇ ਜੂਸ ਦੇ ਪੈਕਟ ਹੈ। ਇਸੇ ਤਰ੍ਹਾਂ ਸਾਰੇ ਅੰਦੋਲਨ ਦੇ ਵਿੱਚ ਜਿਹੜੀ ਹੈ ਇਹ ਸੇਵਾ ਹੋਣੀ ਹੈ। ਹਰ ਜਿਹੜਾ ਵੀ, ਕਿੰਨੇ ਦੋ ਗੱਡੀਆਂ ਆਈਆਂ ਭਰ ਕੇ? ਠੀਕ ਹੈ, ਇੱਕ ਗੱਡੀ 'ਚ ਕਿੰਨਾ ਕਮਾਲ ਹੁੰਦਾ? ਇੱਕ ਗੱਡੀ 'ਚ ਕਿੰਨਾ ਹੋਊਗਾ ਬਾਈ? ਹੋਊਗੀ ਇੱਕ ਪੇਟੀ ਦੇ ਵਿੱਚ। ਇੱਕ ਇਹਦੇ ਵਿੱਚ ਪੈਕਟ ਦੇ ਵਿੱਚ ਕਿੰਨੇ ਹੁੰਦੇ ਆ? ਚਾਰ ਆ ਜੀ, ਚਾਰ ਪੈਕਟ ਹੁੰਦੇ ਆ। ਚਾਰ 'ਚ ਆਪਣੇ ਕਿਵੇਂ 16 ਹੋਊਗੀ।
16 ਬੋਤਲਾਂ ਇੱਕ 'ਚ ਹੈ ਨਾ, ਅਤੇ ਕਿੰਨੀਆਂ ਪੇਟੀਆਂ ਲੱਦੀਆਂ? 200 ਪੇਟੀ ਹੈ ਜੀ ਸਾਡੇ ਕੋਲ। ਹਾਂਜੀ ਹਾਂਜੀ, ਇੱਕ ਗੱਡੀ 'ਚ ਸਾਡੇ 200 ਪੇਟੀ ਲੈ ਕੇ ਆਏ ਹਾਂ ਜੀ ਅਸੀਂ। ਅੱਜ 400 ਪੇਟੀ ਲੈ ਕੇ ਆਏ ਅਸੀਂ ਦੋ ਗੱਡੀਆਂ 'ਚ। ਇੱਕ 'ਚ ਫਿਰ 16 × 32 320 ਹੋ ਗਈ ਹੈ ਨਾ ਜੀ? ਹਾਂਜੀ ਹਾਂਜੀ, ਠੀਕ ਹੈ। ਇਸੇ ਤਰ੍ਹਾਂ ਇਹ ਪੂਰੇ ਅੰਦੋਲਨ ਦੇ ਵਿੱਚ ਵੰਡੀਆਂ ਜਾਣੀਆਂ ਹੈ, ਜਿੱਦਾਂ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਲੱਗੇ ਹੋਏ ਆ, ਇਸੇ ਤਰ੍ਹਾਂ ਰੀਅਲ ਜੂਸ ਦਾ ਵੀ ਹੁਣ ਲੰਗਰ ਸ਼ੁਰੂ ਹੋ ਗਿਆ। ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਾਲਾ, ਦਾ ਖਾਲਸ ਟੀਵੀ, ਪਟਿਆਲਾ, ਸ਼ੰਭੂ ਬਾਰਡਰ।